ਤਾਂ ਵੀ ਸਾਹਮਣੇ ਸੁੱਖਾ ਇੱਕ ਪਾਸੇ ਕਹਿੰਦੇ ਨੇ ਵੀ ਸੇਵਕ ਵਰ ਗਏ ਔਰ ਦੂਜੇ ਪਾਸੇ ਕਹਿੰਦੇ ਨੇ ਵੀ ਬੱਬੂ ਮਚਾਕੀ ਦੀ ਧਰਤੀ ਦਾ ਮੇਰੇ ਵੀਰੋ ਸੋਹਣੀ ਖੇਡ ਹੈ ਸੁੱਖ ਦੀ ਪਈ ਹੋਈ ਕਬੱਡੀ ਹੈ ਮੁਸ਼ਕੀ ਜਿਹਾ ਰੰਗ ਫੜਿਆ ਹੋਇਆ ਗੁੱਟ ਕਹਿੰਦਾ ਪੁੱਤ ਹੁਣ ਛੁੱਟ ਕਹਿੰਦੇ ਆ ਤਾਂ ਭੂਗਣੇ ਚ ਜਵਾਨੀ ਫਸਣ ਵਾਲੀ ਗੱਲ ਬਣੀ ਹੈ ਪਰ ਵੇਖਣਾ ਵੀ ਜੋਰ ਮੁੰਡੇ ਚ ਬੜਾ ਮਾਰ ਫੁਰਤੀ ਮਾਰ ਫੁਰਤੀ ਨਾਰੇ ਸਲੈਪ ਗੇਰ ਕਹਿੰਦੇ ਦੋਨੇ ਟਾਇਰਾਂ ਦੀ ਖਿਚਾਈ ਫਿਰ ਕਰਦੀ ਕਮਾਈ ਔਰ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਲਾ ਵੀ ਅਮਰੀਕ ਸਿਆ ਜੱਜੀ ਰਣ ਸਿੰਘ ਵਾਲੇ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵਧਿਆ ਹੋਇਆ ਲਓ ਸਾਹਮਣੇ ਦੇਖਾਂਗੇ ਜੱਜ ਰਣ ਸਿੰਘ ਵਾਲੇ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਆਏ ਉੱਧਰ ਚਾਰ ਜਾਫੀ ਇੱਕ ਪਾਸੇ ਜਗਤਾਰ ਦੋ ਨੰਬਰ ਤੇ ਨੌਜਵਾਨ ਬੱਬੂ ਨਾਲ ਅਮਨ ਤੇ ਨਾਲ ਕਹਿੰਦੇ ਰਾਜਾ ਸੁਲੀੜੇ ਪਿੰਡ ਦਾ ਹੈ ਸ਼ੋਅ ਦੇ ਵਿੱਚ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ ਜੱਸਾ ਲਾ ਕੇ ਆਪਣੀ ਟੀਮ ਦੇ ਲਈ ਪੌਦੀ ਕਬੱਡੀ ਦੇ ਨਿਗਾਹਾਂ ਦੁਨੀਆ ਦੀ ਮੈਚ ਦੇ ਉੱਪਰ ਹੈ ਅਗਲਾ ਮੈਚ ਜੰਗੀਆਣਾ ਤੇ ਭਲੂਰ ਦੋਨੇ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਪੁੱਜੀਆਂ ਇਹ ਹੈ ਜਗਤਾਰ ਨੌਜਵਾਨ ਫਤਿਹਗੜ੍ਹ ਦੀ ਧਰਤੀ ਦਾ ਜਿਹਨੇ ਹੁਣ ਜੱਸਾ ਲਾ ਕੇ ਪੁਆਇੰਟ ਜੋੜਿਆ ਆਪਣੀ ਟੀਮ ਦੇ ਲਈ ਜਗਤਾਰ ਬਹੁਤ ਤਗੜਾ ਪੁਆਇੰਟ ਜੋੜਦਾ ਹੋਇਆ ਬਹੁਤ ਸਾਹਮਣੇ ਲੱਖਾ ਫਤਿਹਗੜ੍ਹ ਵਾਲਾ ਅਗਲੀ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਸਾਹਮਣੇ ਗੱਭਰੂ ਦੀ ਪਾਈ ਕਬੱਡੀ ਇੱਕ ਪਾਸੇ ਸੇਵਕ ਨਾਲ ਕਹਿੰਦੇ ਬੱਬੂ ਮਚਾਕੀ ਮਲ ਸਿੰਘ ਪਿੰਡ ਦਾ ਹੈ ਇਹ ਵੀ ਅੱਜ ਤੋਂ ਕਹਿੰਦੇ ਚਾਰ ਸਾਲ ਪਹਿਲਾਂ ਮਿਡਵੇ ਦੀ ਖੇਡ ਕਲੱਬ ਵੱਲੋਂ ਇੰਗਲੈਂਡ ਦੇ ਵਿੱਚ ਖੇਡ ਆਇਆ ਬੱਬੂ ਮਚਾਕੀ ਪਿੰਡ ਦਾ ਹੈ ਮਿਡਵੇ ਦੀ ਖੇਡ ਕਲੱਬ ਵੱਲੋਂ ਇੰਗਲੈਂਡ ਦੇ ਵਿੱਚ ਖੇਡਿਆ ਲਓ ਜੱਜ ਕਬੱਡੀ ਰੋਂਦਾ ਹੋਇਆ ਤੇ ਮੈਂ ਕਿਤੇ ਸੁੱਖਾ ਕੱਢਿਆ ਲਾ ਦੀ ਜੱਜ ਦੀ ਪਈ ਹੋਈ ਕਬੱਡੀ ਹੈ ਕਹਿੰਦੇ ਜਗਤਾਰ ਪੂਰਾ ਟਾਪ ਦਾ ਜਾਫੀ ਮੇਰੇ ਵੀ ਅੱਜ ਇਹਨਾਂ ਗਰਾਊਂਡਾਂ ਦੇ ਵਿੱਚ ਬੱਲੇ ਬੱਲੇ ਕਰਵਾਉਣਾ ਹੋਇਆ ਇਹ ਜਗਤਾਰ ਦਾ ਤੀਜਾ ਜੱਫਾ ਦਰਸ਼ਕ ਵੀਰੋ ਤਾੜੀ ਮਾਰ ਦਿਓ ਜ਼ੋਰ ਦੇ ਨਾਲ ਮੁੰਡਾ ਨਰਮ ਲੱਗਦਾ ਦੇਖਣ ਨੂੰ ਪਰ ਜਾਫ ਹੈ ਬੜੀ ਪਕੜ ਬਣਾ ਕੇ ਰੱਖੀ ਹੋਈ ਹੈ ਜੱਜ ਨੂੰ ਜੱਫਾ ਲਾ ਦਿੱਤਾ ਹੈ ਇਹ ਸਾਡਾ ਵੀਰ ਜਗਤਾਰ ਸਰਾਬ ਪਰਿਵਾਰ ਦਾ ਹੀਰਾ ਕਮਾਂਡੋ ਤੁਸੀਂ ਸਾਰੇ ਦੇਖ ਰਹੇ ਹੋ ਕਿਆ ਸਰਾਂਗੀਆਂ ਲਾਈਆਂ ਵੀ ਮੋਬਾਈਲ ਕੌਣ ਲੈ ਕੇ ਗਿਆ 78 ਕਿਲੋ ਦੇ ਵਿੱਚ ਮੋਬਾਈਲ ਫਾਸਟ ਟ੍ਰੇਡਰ ਅੱਜ ਦੇ ਮੈਚ ਦਾ ਕੌੜੀ ਵਾਲਾ ਕੁਲਦੀਪ ਇੱਕ ਵਾਰੀ ਤਾੜੀ ਮਾਰ ਦੋ ਕੁਲਦੀਪ ਦੇ ਲਈ ਕੌੜੀ ਵਾਲਾ ਕੁਲਦੀਪ ਫਾਸਟ ਟ੍ਰੇਡਰ ਹੈ ਤੇ ਬੈਸਟ ਜਾਫੀ ਨਿੱਤੂ ਕਲਿਆਣਾ ਵਾਲਾ ਨਿੱਤੂ ਕੌੜੀ ਤਾੜੀ ਮਾਰ ਦੋ ਦੇ ਲਈ ਦੋਨੇ ਮੋਬਾਈਲ ਇੱਕ ਪਾਸੇ ਚਲੇ ਗਏ ਬੜੀ ਖੁਸ਼ੀ ਦੀ ਗੱਲ ਹੈ ਵੀਰੇ ਵੀਰੇ ਪਹਿਲਾ ਜਿਹੜਾ ਫੈਸਲਾ ਹੋ ਗਿਆ ਹੈ ਹੁਣ ਜਿਹੜੀ ਵੱਡੀ ਜੰਗ ਹੈ ਨਾ ਜਿਹੜੇ ਸਾਹਮਣੇ ਬੋਲਟ ਜਿਹੜੇ ਖੜੇ ਨਜ਼ਰ ਆ ਰਹੇ ਨੇ ਬੋਲਟ ਮੋਟਰਸਾਈਕਲ ਉਹਨਾਂ ਦਾ ਪਤਾ ਲੱਗਣਾ ਇੱਕ ਪਾਸੇ ਨਾਜ਼ੁਕ ਨਰਮ ਸਰੀਰ ਅਵਨੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਔਰ ਦੂਜੇ ਪਾਸੇ ਰਣ ਸਿੰਘ ਵਾਲੀ ਆ ਕਹਿੰਦੇ ਜੱਜੀ ਸਾਡਾ ਵੀਰ ਔਰ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਚੱਲ ਵੀ ਸੁੱਖਿਆ ਪਾ ਫਿਰ ਕਬੱਡੀ ਕਹਿੰਦੇ ਘਰ ਘਰ ਖੜੇ ਪ੍ਰੀਤ ਜੌਂਡੀਅਰ ਤੇ ਸਵਰਾਜ ਹਾਲੈਂਡ ਸੋਲਾ ਲੀਕਾ ਦਾ ਵੱਖਰਾ ਅੰਦਾਜ਼ ਕੁਝ ਪੱਟੇ ਚੰਡੀਗੜ੍ਹ ਦੇ ਕੁਝ ਪੱਟੇ ਨੈੱਟ ਦੇ ਅਫੇਰ ਨੇ ਓਏ ਪਿੰਡਾਂ ਵਾਲੇ ਪੱਟ ਦਿੱਤੇ ਸੁੱਖਿਆ ਸਾਈਡ ਗੇਰ ਨੇ ਪਿੰਡਾਂ ਵਾਲੇ ਪੱਟ ਦਿੱਤੇ ਸਾਈਡ ਗੇਰ ਨੇ ਲਾ ਵੀ ਇੱਧਰ ਸ਼ਾਨਦਾਰ ਜੱਫਾ ਮੇਰੇ ਵੀਰੋ ਸੇਵਕ ਦਾ ਵੀਰ ਬਹੁਤ ਹੀ ਵਧੀਆ ਸ਼ਾਨਦਾਰ ਜੱਫੀ ਦੀ ਗੱਲ ਕਰਦਾ ਹੋਇਆ ਆ ਗਈ ਜਾਨ ਸਿਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ ਰਾਵ ਨੂੰ ਕਹੇ ਸ਼ਾਮ ਹਮਦ ਜੇ ਹੁਣ ਰਵੇ ਤਾਂ ਬੰਦਾ ਸਾਡਾ ਵੀਰ ਬਲਵਿੰਦਰ ਦਾ ਵੀਰ ਗੁਰਪ੍ਰੀਤ ਜੰਗੀ ਆਣੀ ਹੈ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਮੇਰੇ ਵੀਰੇ ਬਹੁਤ ਸੋਹਣੀ ਖੇਡ ਖੇਡੀ ਇਹਨਾਂ ਭਰਾਵਾਂ ਨੇ ਬੱਲੇ ਬੱਲੇ ਕਰਵਾਉਣ ਵਾਲੇ ਉੱਧਰ ਕਹਿੰਦੇ ਨੇ ਵੀ ਕਰਮੀ ਵਰਗੇ ਸਾਰਿਆਂ ਦਾ ਅਸੀਂ ਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਉੱਧਰ ਬਾਜਾ ਮੱਲਣ ਦੀ ਧਰਤੀ ਦਾ ਕਾਲਾ ਵੈਰੋ ਕੇਵਲ ਬੈਠਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਕਹਿੰਦੇ ਨੇ ਵੀ ਜੱਜ ਦੂਜੇ ਪਾਸੇ ਰਾਜਾ ਸਲੀੜੇ ਦੀ ਧਰਤੀ ਦਾ ਮਾਰ ਦੋ ਤਾੜੀ ਵਾਹ ਪੂਰਾ ਸਵਾਦ ਆ ਗਿਆ ਮੇਰੇ ਵੀਰੋ ਬਹੁਤ ਹੀ ਵਧੀਆ ਸ਼ਾਨਦਾਰ ਜੱਫਾ ਲੱਗਿਆ ਹੋਇਆ ਲੈ ਵੀ ਲੱਖਿਆ ਤੇਰੇ ਤੇ ਡੋਰਾ ਨੇ ਰੱਖ ਲਾ ਜਾ ਮਾਰ ਲੈ ਤੇਰੇ ਹੋ ਗਏ ਸਾਈਆਂ ਲੈ ਵੀ ਲੱਖਿਆ ਜਿਵੇਂ ਕਹਿੰਦੇ ਦੁਬਈ ਦੇ ਵਿੱਚ ਬੱਲੇ ਬੱਲੇ ਕਰਵਾਈ ਹੈ ਨਾ ਉਧਰ ਬੱਬੂ ਦੇ ਹੱਥ ਚੜ ਗਿਆ ਬੱਬੂ ਦੇ ਹੱਥ ਚੜ ਗਿਆ ਇਹ ਹੈ ਬੱਬੂ ਮਚਾਕੀ ਦੀ ਧਰਤੀ ਦਾ ਜਿੰਨਾ ਕੱਦ ਮੇਰੇ ਵੀਰੋ ਉਦੋਂ ਤੁਗਣਾ ਜੋਰ ਹੈ ਇਸ ਨੌਜਵਾਨ ਦੇ ਵਿੱਚ ਔਰ ਦੂਜੇ ਪਾਸੇ ਲੱਖਾ ਲੱਖਾ ਬੱਲੇ ਉਹ ਸੱਜਣਾ ਤਾੜੀ ਮਾਰ ਦੋ ਉਸ ਗੱਭਰੂ ਦੇ ਲਈ ਤਾੜੀ ਮਾਰ ਦੋ ਬਹੁਤ ਸੋਹਣੇ ਪੁਆਇੰਟਾਂ ਦੀ ਗੱਲ ਕੀਤੀ ਹੈ ਕਹਿੰਦੇ ਨਿਕਲ ਕੇ ਆਉਣਾ ਬੜਾ ਮੁਸ਼ਕਲ ਬਣ ਗਿਆ ਸੀ ਸਾਹਮਣੇ ਜੱਜ ਕਹਿੰਦੇ ਨੇ ਵੀ ਕਬੱਡੀ ਪਾਉਣਾ ਹੋਇਆ ਦੂਜੇ ਪਾਸੇ ਰਾਜਾ 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 ਸਾਰੇ ਪੁਆਇੰਟ ਦੇ ਹਿੱਸੇ ਜੁੜਦਾ ਹੋਇਆ
ਪੁਆਇੰਟ ਰੇਟਰ ਦਾ ਲਾ ਵੀ ਅਮਰੀਕ ਸਿੰਘ ਕਮਾਂਡੋ ਕਬੱਡੀ ਪਾਉਂਦਾ ਹੋਇਆ ਕਮਾਂਡੋ ਲਓ ਸਭ ਨੇ ਦੇਖਾਂਗੇ ਕਮਾਂਡੋ ਘੋਲੀਏ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਖੇਡ ਦੇ ਮੈਦਾਨ ਦੇ ਵਿੱਚ ਜਿੱਥੇ ਦੇ ਗੇਲੇ ਦਾ ਕਹਿੰਦੇ ਵੱਡਾ ਮਾਨ ਸਨਮਾਨ ਪਾਗੇ ਪੁਰਾਣੇ ਦੇ ਕਬੱਡੀ ਕੱਪ ਤੋਂ ਬਲੈਰੋ ਗੱਡੀ ਦੇ ਨਾਲ ਹੋਇਆ ਕਿ ਫੜ ਲੈ ਜਦੋਂ ਪੱਟ ਘੋਲੀਆ ਕਹਿੰਦੇ ਫਿਰ ਛੱਡਦਾ ਨੀ ਫੜ ਲੈ ਜਦੋਂ ਲੱਤ ਘੋਲੀਆ ਕਹਿੰਦੇ ਫਿਰ ਛੱਡਦਾ ਨੀ ਲਓ ਕਮਾਂਡੋ ਘੋਲੀਏ ਵਾਲਾ ਪਾਉਂਦਾ ਹੋਇਆ ਕਬੱਡੀ ਉਧਰ ਮੈਂ ਚਾਤੀ ਵਾਲੇ ਗੱਭਰੂ ਦੀ ਕੀਤੀ ਉਤਰਾਈ ਲਓ ਸਭ ਨੇ ਬਹੁਤ ਤਕੜਾ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਚੱਲ ਵੀ ਗੱਭਰੂ ਪਾ ਵੀ ਕਬੱਡੀ ਲਓ ਜੱਗ ਦੀ ਪਾਈ ਹੋਈ ਕਬੱਡੀ ਤੇ ਚਾਰ ਜਾਤੀ ਹੈ ਫਤਿਹਗੜ੍ਹ ਦੀ ਧਰਤੀ ਦੀ ਇੱਕ ਪਾਸੇ ਸਲੀਨੇ ਵਾਲਾ ਰਾਜਾ ਨਾਲ ਕਹਿੰਦੇ ਬੱਬੂ ਦੇ ਜਗਤਾਰ ਵਰਗੇ ਚਾਰੇ ਦੇ ਚਾਰੇ ਜਾਤੀ ਵਜਨੀ ਕਬੱਡੀ ਦੇ ਕਹਿੰਦੇ ਤਹਿਲਕਾ ਜਾਤੀ ਆਏ ਲਓ ਜਗਤਾਰ ਸਿੰਘ ਲਾਉਂਦਾ ਘੁੱਟ ਕੇ ਕਾਲਜ ਦੇ ਨਾਲ ਕਿ ਐਸਾ ਸੀਨੇ ਨਾਲ ਲਾਇਆ ਕਿ ਤਸੱਲੀ ਹੋ ਗਈ ਇਸ਼ਕੇ ਦੀ ਮਾਰੀ ਹੋਈ ਮੈਂ ਝੱਲੀ ਹੋ ਗਈ ਇਸ਼ਕੇ ਦੀ ਮਾਰੀ ਹੋਈ ਮੈਂ ਝੱਲੀ ਹੋ ਗਈ ਸੁੱਕਾ ਸਲੀਨੇ ਵਾਲਾ ਕਬੱਡੀ ਪਾਉਣ ਦੀ ਤਿਆਰੀ ਕਰਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਤੇ ਕਬੱਡੀ ਖੇਡਣ ਲਈ ਮਿਲਦੇ ਰਹਿਣ ਖੁੱਲੇ ਡੁੱਲੇ ਬੀਜੇ ਖਿਡਾਰੀਆਂ ਦੇ ਦਾਣੇ ਪਾਣੀ ਵਿੱਚ ਲਿਖਦੇ ਕਨੇਡਾ ਦੇ ਤੂੰ ਬਰਗਰ ਪੀਜੇ ਰਾਮ ਨਸ਼ਿਆਂ ਤੋਂ ਦੂਰ ਤੇ ਕਰਨ ਸਰੀਰ ਦੀ ਕੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕਾ ਰੱਖੀ ਤੂੰ ਕਬੱਡੀ ਉੱਤੇ ਮੇਰ ਮਾਲਕ ਕਹਿੰਦੇ ਵਾਕਈ ਮੇਰ ਵਾਲੀ ਗੱਲ ਹੈ ਅੱਜ ਸੰਤ ਬਾਬਾ ਭਗਤ ਸਿੰਘ ਦੀ ਧਰਤੀ ਹੈ ਉਹਨਾਂ ਦੀ ਅਪਾਰ ਕਿਰਪਾ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਦਰਸ਼ਕ ਸਵੇਰ ਨਾਲੋਂ ਵੀ ਜ਼ਿਆਦਾ ਹੋ ਚੁੱਕੇ ਨੇ ਇੱਕ ਵਾਰੀ ਦਰਸ਼ਕ ਵੀਰੋ ਆਪਣੇ ਆਪ ਤੇ ਤਾੜੀ ਮਾਰ ਦਿਓ ਜ਼ੋਰ ਦੇ ਨਾਲ ਬੋਲੇ ਸਤਿ ਸ੍ਰੀ ਅਕਾਲ ਕਹਿੰਦੇ ਨੇ ਵੀ ਸੰਤ ਬਾਬਾ ਭਗਤ ਸਿੰਘ ਦੀ ਯਾਦ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਅਕਾਲਗੜ੍ਹ ਦੀ ਧਰਤੀ ਤੇ ਲੈ ਵੀ ਲੱਖਿਆ ਪਾ ਫਿਰ ਕਬੱਡੀ ਸਾਹਮਣੇ ਚਾਰ ਜਾਫੀ ਦੇ ਚੌਂ ਜਾਫੀਆਂ ਦੇ ਵਿੱਚੋਂ ਭਾਗ ਖੜਦਾ ਅਜੇ ਗੁੰਬਰ ਛੋਟੇ ਸਟੇਜ ਦੇ ਪਿੱਛੇ ਆ ਜਾਏ ਜੀ ਉਹਨੂੰ ਉਹਦੇ ਸਾਥੀ ਭਾਲਦੇ ਆ ਭਾਗ ਖੜਦਾ ਅਜੇ ਗੁੰਬਰ ਲਾਓ ਜੀ ਬਾਹਰ ਸੋਹਣਿਆ ਝਟਕਾ ਗੱਡੀ ਵਿੱਚ ਵਿਚਾਰੇ ਫਸ ਗਈ ਆ ਏ ਬੱਲੇ ਸਜਣਾ ਪਾਸੇ ਜਿਹੜੇ ਬੜੇ ਦੂਰ ਹੋ ਚੁੱਕੇ ਨੇ ਮਾਤੀ ਮੁੰਡੇ ਨੇ ਪੂਰਾ ਨਜ਼ਾਰਾ ਲਿਆਤਾ ਜਿਵੇਂ ਕਹਿੰਦੇ ਪੰਜਾਬੀਆਂ ਦੇ ਵਿੱਚ ਵੀ ਸਵਾਦ ਆਉਣ ਵਾਲੀ ਗੱਲ ਬਣ ਗਈ ਹੈ ਆਰੇ ਪੁਆਇੰਟ ਰੇਡਰ ਦਾ ਅੱਜ ਵਧਾਈ ਦੇ ਪਾਤਰ ਨੇ ਮੇਰੇ ਵੀਰੇ ਜਿਹੜੇ ਅੱਜ ਇੱਥੋਂ ਜਿੱਤ ਕੇ ਜਾਣਗੇ ਕੌਣ ਅੱਜ ਬੋਲਟਾਂ ਨੂੰ ਹੱਥ ਪਾਵੇਗਾ ਇਹ ਜਿਹੜੇ ਪੁਲਾਂਗਾ ਪੁੱਟਦੇ ਨੇ ਮੇਰੇ ਵੀਰੇ ਨਾ ਵੀ ਇਹਨਾਂ ਮੈਚਾਂ ਦੇ ਵਿੱਚੋਂ ਦੱਸੀ ਵੀ ਕਾਕਾ ਸਿਆ ਮੇਰੇ ਖਿਆਲ ਚ ਫਤਿਹਗੜ੍ਹ ਕੋਲੋਂ ਟਾਣਾ ਜਿੱਤ ਗਈ ਹੈ ਮਰੀਕ ਓ ਮਰੀਕ ਫਤਿਹਗੜ੍ਹ ਕੋਰੋ ਟਾਣਾ ਜਿੱਤ ਗਈ ਹੈ ਵਾਕਈ ਵਾਕਈ ਸਿਰਾ ਹੋ ਗਿਆ ਔਰ ਅਗਲੀ ਗੱਲ ਮੇਰਾ ਵੀਰ ਲੱਖਾ ਕੰਦ ਵਾਲਾ